ਦੀਪ ਸਿੱਧੂ ਕਹਿੰਦਾ ਵੀ ਮੈਨੂੰ ਆ ਗਿਆ ਜੀ ਫੋਨ RSS ਦੇ ਵੱਡੇ ਲੀਡਰ ਦਾ। ਵੈਰੀ ਗੁੱਡ। ਮੈਂ ਕਿਸਾਨਾਂ ਦੇ ਹੱਕ ਦੀ ਰਾਖੀ ਲਈ ਆਪਣੀ ਜਾਨ ਦੇ ਦਾਂਗਾ, ਆਖਰੀ ਦਮ ਤੱਕ ਲੜਾਂਗਾ, ਮੇਰੀ ਲਾਸ਼ ਦੇ ਉੱਤੋਂ ਦੀ ਲੰਘ ਕੇ ਬਿੱਲ ਪਾਸ ਹੋਏਗਾ। ਇਹ ਕੋਈ ਗੱਲ ਬਣਦੀ ਹੈ? ਮੈਨੂੰ ਫੋਨ ਆ ਗਿਆ, ਮੈਂ ਮਿੱਟੀ ਦੀ ਸਹੁੰ ਖਾਨਾ, ਇਹ ਫਿਲਮ ਨਹੀਂ ਚੱਲ ਰਹੀ ਯਾਰ। ਸਤਿ ਸ਼੍ਰੀ ਅਕਾਲ ਜੀ, ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਮੇਰਾ ਰੂਬਰੂ ਹੋਣਾ ਬੜਾ ਕ੍ਰਿਟੀਕਲ ਤੇ ਬੜਾ ਲਾਜ਼ਮੀ ਸੀ। ਸਭ ਤੋਂ ਵੱਡੀ ਗੱਲ ਇਹ ਇਸ ਕਰਕੇ ਜ਼ਰੂਰੀ ਸੀ, ਇਹਦੀ ਮੈਂ ਉਦਾਹਰਨ ਮੇਰੇ ਕੋਲ ਜਿਹੜਾ ਫੋਨ ਆਇਆ ਉਹ ਤੋਂ ਹੀ ਸ਼ੁਰੂ ਕਰਦਾ। ਗੱਲਾਂ ਇਹ ਆ ਵੀ ਇਹਨਾਂ ਨੇ ਸਿੰਗਲ ਸਿੰਗਲ ਟਾਰਗੇਟ ਕਰਨੀ ਆ। ਮੇਰੇ ਕੋਲ ਫੋਨ ਆਉਣਾ ਜਾਂ ਮੈਂ ਕੌਣ ਆ ਇਹ ਇੰਪੋਰਟੈਂਟ ਨਹੀਂ ਆ। ਮੇਰੇ ਕੋਲ ਫੋਨ ਕਿਉਂ ਆਉਣਾ ਇਸ ਗੱਲ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ। ਮੈਂ ਜਵਾਬ ਦੇਣ ਲੱਗਿਆ, ਜਵਾਬ ਦੇਣਾ ਬੜਾ ਜ਼ਰੂਰੀ ਸੀ ਕਿਉਂਕਿ ਕਿਤੇ ਨਾ ਕਿਤੇ ਸਾਡੇ ਅੰਦਰ ਖਦਸ਼ੇ ਖੜ੍ਹੇ ਕਰ ਦਿੱਤੇ ਗਏ, ਕਿਤੇ ਨਾ ਕਿਤੇ ਸ਼ੰਕਾਵਾਂ ਸਾਡੇ ਅੰਦਰ ਪਾ ਦਿੱਤੀਆਂ ਗਈਆਂ, ਸਾਡੇ ਲੋਕਾਂ ਦੇ ਅੰਦਰ ਪਾ ਦਿੱਤੀਆਂ ਗਈਆਂ। ਸੋ ਮੈਂ ਉਦਾਹਰਨ ਦੇ ਰਿਹਾ ਮੈਨੂੰ ਫੋਨ ਕਿਉਂ ਆਇਆ। ਇਹਨਾਂ ਨੇ ਸਿੰਗਲ ਸਿੰਗਲ ਬੰਦਿਆਂ ਨੂੰ ਟਾਰਗੇਟ ਕਰਨਾ। ਕਿਵੇਂ ਟਾਰਗੇਟ ਕਰਨਾ? ਪਹਿਲਾਂ ਇਹ ਸਮਝ ਲਈਏ ਸਾਡੀ ਲੜਾਈ ਕੀ ਹੈ, ਕਿਉਂਕਿ ਸਾਡਾ ਦੁਸ਼ਮਣ ਕੌਣ ਆ। ਇਹ ਦੋ ਗੱਲਾਂ ਤਾਂ ਸਾਨੂੰ ਸਮਝ ਹੀ ਨਹੀਂ ਹੁੰਦੀ, ਅਸੀਂ ਉਹੀ ਲੱਗੇ ਪਏ ਹੁੰਦੇ ਹਾਂ। ਕਿਉਂ ਮੈਂ ਅੱਜ ਇਹ ਗੱਲ ਕਰ ਰਿਹਾ? ਜਿੱਥੇ ਅਸੀਂ ਖੜ ਗਏ ਆ ਕੇ ਦੇਖੋ, ਅੰਦੋਲਨ ਸ਼ੁਰੂ ਕਰਤਾ, ਲਾਮਬੰਦੀ ਹੋ ਗਈ, ਅੰਦੋਲਨ ਜਾਂ ਇਹ ਉਭਾਰ ਜਾਂ ਇਹ ਜਿਹੜਾ ਜਜ਼ਬਾ ਲੋਕਾਂ ਨੇ ਦਿਖਾਇਆ, ਰੋਜ਼ ਰੋਜ਼ ਨਹੀਂ ਹੁੰਦੇ ਹੁੰਦੇ। ਇਹਨੂੰ ਇਸ ਟਾਈਮ ਸਾਡੇ ਲਈ ਸਮਝਣਾ, ਇਸ ਟਾਈਮ ਸਾਡੀ ਦਿਸ਼ਾ ਕੀ ਹੋਣੀ ਚਾਹੀਦੀ ਹੈ, ਸਾਡੀ ਸਿਹਤ ਕੀ ਹੋਣੀ ਚਾਹੀਦੀ ਹੈ, ਸਾਡਾ ਪਰਸਪੈਕਟਿਵ ਕੀ ਹੋਣਾ ਚਾਹੀਦਾ। ਕਿਉਂਕਿ ਇਕੱਲੀ ਲਾਮਬੰਦੀ ਨੇ ਕੁਛ ਨਹੀਂ ਕਰਨਾ। ਲਾਮਬੰਦੀ ਤਾਂ ਬੜੀ ਬਾਕਮਾਲ ਹੋਈ ਹੈ, ਨੌਜਵਾਨ ਸਾਰੇ ਲਾਮਬੰਦ ਹੋ ਗਏ। ਹੁਣ ਉਹਨਾਂ ਨੇ ਕੀ ਕਰਨਾ ਜਾਂ ਸਾਡੀ ਲੜਾਈ ਜਿਹੜੀ ਧਿਰ ਨਾਲ ਆ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਇਕੱਲੀ ਆਰਥਿਕ ਲੜਾਈ ਨਹੀਂ ਆ, ਇਕੱਲੀ MSP ਦਾ ਮੁੱਦਾ ਨਹੀਂ ਆ। ਜੇ MSP ਦਾ ਮੁੱਦਾ ਹੁੰਦਾ ਤਾਂ ਉਹਨਾਂ ਨੇ ਇੰਨੇ ਦਬਾਅ ਹੇਠ ਆ ਕੇ ਕੋਈ ਨਾ ਕੋਈ ਅੱਜ ਤੱਕ ਸਾਨੂੰ ਸਾਡੇ ਹੱਥ 'ਚ ਰਾਹਤ ਫੜਾ ਦੇਣੀ ਸੀ। ਇਕੱਲੀ ਮੁੱਦਾ MSP ਦਾ ਨਹੀਂ ਆ ਜਾਂ ਆਰਥਿਕ ਮੁੱਦਾ ਨਹੀਂ ਆ, ਪੰਜਾਬ 'ਤੇ ਇਹਨਾਂ ਨੇ ਗਲਬਾ ਪਾਉਣਾ। ਕਿਵੇਂ ਗਲਬਾ ਪਾਉਣਾ? ਇਹਨਾਂ ਨੇ ਰਾਜਸੀ ਗਲਬਾ ਵੀ ਪਾਉਣਾ, ਵਿਚਾਰਧਾਰਕ ਗਲਬਾ ਵੀ ਪਾਉਣਾ ਅਤੇ ਇਕਨੋਮਿਕ ਆਰਥਿਕ ਗਲਬਾ ਵੀ ਪਾਉਣਾ। ਹੁਣ ਗੱਲ ਆਏ ਆ, ਜਦੋਂ ਸਰਕਾਰ ਜਿਹੜੀ ਧਿਰ ਨਾਲ ਅਸੀਂ ਲੜ ਰਹੇ ਹਾਂ ਉਹਨਾਂ ਨੇ ਆਰਥਿਕ ਮਸਲਾ ਤਾਂ ਕਿਸਾਨੀ 'ਚ ਕਾਰਪੋਰੇਟ ਸੈਕਟਰ ਨੂੰ ਵਾੜ ਦਿਓ ਪਾ ਤਾ, ਵਿਚਾਰਧਾਰਕ ਮਸਲੇ ਆ ਜਿਹੜੇ ਜਾਂ ਵਿਚਾਰਧਾਰਕ ਗਲਬਾ ਉਹ ਕਿਵੇਂ ਪਾਈਦਾ ਹੁੰਦਾ? ਉਹ ਪਾਈਦਾ ਵੀ ਸਿੰਗਲ ਸਿੰਗਲ ਬੰਦਿਆਂ ਨੂੰ ਟਾਰਗੇਟ ਕਰੋ। ਮੇਰੇ ਕੋਲ ਫੋਨ ਆਉਣਾ ਇਹ ਥੋੜ੍ਹੀ ਸੀ ਵੀ ਮੈਨੂੰ ਉਹ MSP ਐਂ ਪਲੇਟ 'ਚ ਪਰੋਸ ਕੇ ਦੇ ਦੇਣਗੇ, ਨਹੀਂ। ਮੇਰੀ ਗੱਲ ਉਹਨਾਂ ਤੱਕ ਜਾਂਦੀ ਆ, ਉਹਨਾਂ ਤੱਕ ਪਹੁੰਚਦੀ ਆ। ਕਿਉਂ ਜਾਂਦੀ ਆ? ਕਿਉਂਕਿ ਮੈਂ ਉਹਨਾਂ ਦੀ ਵਰਕਿੰਗ ਨੂੰ, ਉਹਨਾਂ ਦੇ ਸਿਸਟਮ ਨੂੰ ਬਹੁਤ ਨੇੜਿਓਂ ਦੇਖਿਆ ਹੋਇਆ। ਉਦੋਂ ਤੱਕ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਸਨੀ ਦਿਓਲ ਬਾਈ ਦਾ ਬੰਦਾ, ਪਰ ਮੈਂ ਬਹੁਤ ਨੇੜਿਓਂ ਦੇਖਿਆ ਹੋਇਆ ਅਤੇ ਮੇਰੀ ਕਹੀ ਗੱਲ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਇਨਸਿਕਿਉਰਿਟੀ ਆ, ਉਹਨਾਂ ਨੂੰ ਉਹਨਾਂ ਦੇ ਮਨ 'ਚ ਜਿਹੜੀ ਇੱਕ ਅਸੁਰੱਖਿਅਤ ਫੀਲਿੰਗ ਆ ਇਹ ਕ੍ਰੀਏਟ ਕਰ ਜਾਂਦੀ ਆ ਵੀ ਇਹ ਸਾਡੇ ਸਿਸਟਮ ਨੂੰ ਅੰਦਰੋਂ ਜਾਣਦਾ ਅਤੇ ਇਹ ਸਾਡੇ ਜਿਹੜੀ ਸਾਡੇ ਅੰਦਰ ਘਾਤ ਲਾ ਸਕਦਾ। ਕਿਉਂ? ਕਿਉਂਕਿ ਗੱਲ ਬਹੁਤ ਜ਼ਰੂਰੀ ਹੈ ਇਹ ਸਮਝਣੀ। ਜਿਹੜਾ ਕੋਈ ਵੀ ਬੰਦਾ, ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਹੋਵੇ, ਸੰਘਰਸ਼ ਨਾਲ ਜੁੜਿਆ, ਸਾਨੂੰ ਬਹੁਤ ਬੋਲਡ ਰਹਿਣਾ ਪਊਗਾ। ਸਿੱਧੀਆਂ ਗੱਲਾਂ ਸਾਨੂੰ ਸੰਗਤ ਨਾਲ ਕਰਨੀਆਂ ਪੈਣੀਆਂ, ਲੋਕਾਂ ਨਾਲ ਕਰਨੀਆਂ ਪੈਣੀਆਂ, ਸਿੱਧੀਆਂ ਜਮ੍ਹਾਂ ਹੈ। ਤਾਂ ਮੇਰੀ ਸਿੱਧੀ ਗੱਲ ਇਹ ਆ ਵੀ ਜੋ ਜਿਹੜਾ ਕੋਈ ਬੰਦਾ ਕਰਾਊਡ ਨੂੰ ਅੱਜ ਦੀ ਡੇਟ 'ਚ ਮੋਬਲਾਈਜ਼ ਕਰ ਸਕਦਾ, ਜਿਹੜਾ ਕੋਈ ਬੰਦਾ ਯੂਥ ਨੂੰ ਮੋਬਲਾਈਜ਼ ਕਰ ਸਕਦਾ, ਉਸ ਬੰਦੇ ਨੂੰ ਟਾਰਗੇਟ ਕੀਤਾ ਜਾਊਗਾ, ਉਸ ਬੰਦੇ ਨੂੰ ਵਿਚਾਰਧਾਰਕ ਹਮਲੇ ਕੀਤੇ ਜਾਣਗੇ। ਮੈਨੂੰ ਜਿਹੜਾ ਫੋਨ ਆਇਆ ਮੇਰੇ ਨਾਲ ਗੱਲ ਕੀ ਹੋਣੀ ਸੀ ਵੀ ਆਜੋ ਬੈਠ ਕੇ ਗੱਲ ਕਰਦੇ ਹਾਂ। ਮੈਂ ਹੁਣ ਮੈਨੂੰ ਇਕੱਲਾ ਇਕੱਲਾ ਬੰਦਾ ਪੰਜਾਬ 'ਚ ਰੋਕ ਕੇ ਕਹਿੰਦਾ ਵੇਖੀ ਬਾਈ ਕਿਤੇ ਗਦਾਰੀ ਨਾ ਕਰ ਜੀ, ਵੇਖੀ ਕਿਤੇ ਗਦਾਰੀ ਨਾ ਕਰ ਜੀ, ਮੁੜ ਕੇ ਅਸੀਂ ਵਿਸ਼ਵਾਸ ਨਹੀਂ ਕਰਨਾ ਕਿਸੇ 'ਤੇ। ਹੁਣ ਉਹਨਾਂ ਜਜ਼ਬਾਤਾਂ ਹੇਠ ਆ ਕੇ ਮੈਂ ਤੁਹਾਡੇ ਕੋਲ ਆ ਕੇ ਇੱਕ ਗੱਲ ਦੱਸੀ ਵੀ ਮੈਨੂੰ ਫੋਨ ਆਇਆ ਜੀ, ਮੈਨੂੰ ਆਪਦੀ ਧਰਤੀ ਦੀ ਆਪਦੀ ਮਿੱਟੀ ਦੀ ਸਹੁੰ ਜੇ ਮੈਂ ਹੁਣ ਹਿੱਲ ਜਾ। ਇਹ ਨਾ ਸਮਝਿਓ ਵੀ ਇਕੱਲੇ ਮੇਰੇ ਕੋਲ ਫੋਨ ਆਇਆ, ਹੁਣ ਹੋਰਨਾਂ ਨੂੰ ਵੀ ਆਏ ਹੋਣਗੇ। ਔਰ ਗੱਲ ਇਹ ਨਹੀਂ ਆ ਜਿਹੜਾ ਮੇਰਾ ਫੋਨ ਗਵਾਚਿਆ ਉਹਦਾ ਫੋਨ ਗਵਾਚਿਆ, ਮਿੱਤਰੋ ਨਵਾਂ ਫੋਨ ਸੀ, ਨਵਾਂ ਸਿਮ ਸੀ, ਪਰ ਜਿਹੜਾ ਮੇਰਾ ਇਹਨਾਂ ਕੋਲ ਨੰਬਰ ਆ ਉਹ ਵੀ ਮੇਰੇ ਕੋਲ ਆ ਅਤੇ ਫੋਨ ਵੀ ਮੇਰੇ ਕੋਲ ਆ, ਇਹੀ ਫੋਨ ਵੱਜਦਾ, ਇਹੀ ਇਹ ਵਜਾਉਂਦੇ ਆ। ਇਹਨਾਂ ਨੇ ਵਿਚਾਰਧਾਰਕ ਸਾਡੇ 'ਤੇ ਹਮਲੇ ਕਰਨੇ ਆ, ਇਹਨਾਂ ਨੇ ਆਰਥਿਕ ਹਮਲੇ ਕਰਨੇ ਆ, ਇਹਨਾਂ ਨੇ ਰਾਜਸੀ ਹਮਲੇ ਕਰਨੇ ਆ। ਜਦੋਂ ਕੋਈ ਸੰਘਰਸ਼ ਲੜਨਾ ਸਾਨੂੰ ਬਹੁਤ ਜ਼ਰੂਰੀ ਆ ਇਹ ਸਮਝਣਾ ਵੀ ਇਕੱਲੀ ਲਾਮਬੰਦੀ ਨਾਲ ਕੁਛ ਨਹੀਂ ਬਣਦਾ।
ਇਦੂ ਬਾਅਦ ਜਿੱਥੇ ਹੁਣ ਖੜੇ ਆ ਗਾਂ ਸੇਤ ਲੜਨਾ ਕਿਵੇਂ ਆ ਕਿਹੜੇ ਕਿਹੜੇ ਮੋਰਚਿਆਂ ਤੇ ਲੜਨਾ ਇੱਕ ਐਲਾਨ ਮੈਂ ਕਰਦਾ ਸ਼ੰਭੂ ਬੈਠ ਕੇ ਲੜਾਂਗੇ ਅੰਦੋਲਨ ਜਾਰੀ ਰੱਖਾਂਗੇ ਦਿੱਲੀ ਨੂੰ ਘੇਰਾਂਗੇ ਕਿਵੇਂ ਘੇਰਾਂਗੇ ਇਹ ਬਹੁਤ ਜ਼ਰੂਰੀ ਆ ਸਾਨੂੰ ਹੋਰ ਸਟੇਟਾਂ ਨੂੰ ਹੋਰ ਸੂਬਿਆਂ ਨੂੰ ਲਾਮਬੰਦ ਕਰਕੇ ਦਿੱਲੀ ਨੂੰ ਘੇਰਨਾ ਪਊਗਾ ਅਦਰਵਾਈਜ਼ ਜੇ ਅਸੀਂ ਕਹੀਏ ਵੀ ਚੱਲ ਪਈਏ ਦਿੱਲੀ ਨੂੰ ਜਾਂ ਸਾਡੇ ਬੰਦਿਆਂ ਨੂੰ ਵੀ ਨਾਲ ਨਾ ਲੈ ਇਹ ਗੱਲ ਨਹੀਂ ਬਣਨੀ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਆ ਸਾਡੇ ਲਈ ਜਿਹੜੀ ਧਿਰ ਨਾਲ ਲੜ ਰਹੇ ਹਾਂ ਉਹ ਸਾਡੇ ਅਤੇ ਆਪਦਾ ਵਿਚਾਰਧਾਰਕ ਸਾਡੇ ਫਲਸਫੇ ਨੂੰ ਜੇ ਮੈਂ ਕਹਿੰਦਾ ਹੋਂਦ ਦੀ ਲੜਾਈ ਆ ਤਾਂ ਹੋਂਦ ਖਤਮ ਕਿਵੇਂ ਕਰੀਦੀ ਆ ਇਹਨਾਂ ਦੇ ਫਲਸਫੇ ਨੂੰ ਮਾਰੋ ਇਹਨਾਂ ਦੀ ਬੋਲੀ ਨੂੰ ਮਾਰੋ ਇਹਨਾਂ ਦੇ ਇਤਿਹਾਸ ਨੂੰ ਮਾਰੋ ਇਹਨਾਂ ਦੀ ਆਰਥਿਕ ਤੌਰ 'ਤੇ ਇਹਨਾਂ ਨੂੰ ਇੰਨਾ ਕਮਜ਼ੋਰ ਕਰ ਦਿਉ ਵੀ ਇਹ ਉੱਠਣ ਜੋਗੇ ਨਾ ਰਹਿਣ ਹੁਣ ਅਸੀਂ ਆਪਸ 'ਚ ਸ਼ੰਕੇ ਨਹੀਂ ਪੈਦਾ ਕਰਨੇ ਵੀ ਕਿਹਨੂੰ ਫੋਨ ਆਉਂਦਾ ਕੀ ਆਉਂਦਾ ਸੰਗਤ ਸਾਹਮਣੇ ਆ ਕੇ ਲੋਕਾਂ ਸਾਹਮਣੇ ਆ ਕੇ ਸਹੀ ਅਤੇ ਸਪਸ਼ਟ ਗੱਲਾਂ ਰੱਖੋ ਆਪਸ 'ਚ ਸਪਸ਼ਟਤਾ ਸਾਨੂੰ ਰੱਖਣੀ ਬਹੁਤ ਜ਼ਰੂਰੀ ਆ ਮੈਂ ਮਿੰਟ ਮਿੰਟ ਤੋਂ ਆ ਕੇ ਗੱਲ ਇਸ ਕਰਕੇ ਕਰਦਾ ਵੀ ਹੁਣ ਨਾ ਕਿਤੇ ਨਿਖੜ ਜਿਓ ਮਿੱਤਰੋ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਕਾਨੂੰਨੀ ਲੜਾਈ ਇਸ ਕਰਕੇ ਜ਼ਰੂਰੀ ਆ ਕਿਉਂਕਿ ਕੁਛ ਨਹੀਂ ਪਤਾ ਸਾਨੂੰ ਪਤਾ ਸਾਨੂੰ ਨਿਆਂ ਨਹੀਂ ਮਿਲਣਾ ਪਰ ਫਿਰ ਵੀ ਲੜਨੀ ਜ਼ਰੂਰੀ ਆ ਕਿਉਂਕਿ ਕੁਛ ਨਹੀਂ ਪਤਾ ਕਈ ਵਾਰੀ ਕੋਈ ਨੇਕ ਰੂਹ ਨੇਕ ਜੱਜ ਬੈਠਾ ਹੁੰਦਾ ਮਾੜਾ ਮੋਟਾ ਸਾਨੂੰ ਆਪਦਾ ਸਾਨੂੰ ਨਿਆਂ ਦੇ ਜਾਂਦਾ ਇਕੱਲੀ ਐਮ ਐਸ ਪੀ ਦੀ ਖਰਾਤ ਨਹੀਂ ਮੰਗਣ ਗਏ ਅਸੀਂ ਆਪਦੇ ਹੱਕ ਮੰਗਣ ਗਏ ਹਾਂ ਦਿੱਲੀ ਤੋਂ ਇਸ ਲਈ ਲਾਮਬੰਦੀ ਇਕੱਲੇ ਪੰਜਾਬ 'ਚ ਨਹੀਂ ਲਾਮਬੰਦੀ ਸਾਰੇ ਸੂਬਿਆਂ 'ਚ ਹੋਊਗੀ ਅੰਦੋਲਨ ਜਾਰੀ ਰਹੂਗਾ ਸ਼ੰਭੂ ਤੋਂ ਮੰਗਾਰਾਂਗੇ ਸੋ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਇਹ ਗੱਲ ਇਸ ਕਰਕੇ ਮੈਂ ਕਰ ਰਿਹਾ ਇਸ ਟਾਈਮ ਸਾਨੂੰ ਬੜਾ ਸੋਚ ਸਮਝ ਕੇ ਅਤੇ ਬੜੇ ਧਿਆਨ ਨਾਲ ਚੱਲਣ ਦੀ ਜ਼ਰੂਰਤ ਤਾਂ ਹੈ ਹੀ ਹੈ ਨਾਲ ਸਾਡੀ ਜਿਹੜੀ ਇੱਕ ਐਗਰੈਸ਼ਨ ਆ ਇੱਕ ਕੰਟਰੋਲਡ ਐਗਰੈਸ਼ਨ ਸਾਡੇ 'ਚ ਹੋਣਾ ਚਾਹੀਦਾ ਜੇ ਕਿਤੇ ਉਹ ਮਿਸ ਕਰਕੇ ਅਤੇ ਪੁਰਾਣੀਆਂ ਰੀਤਾਂ ਜਾਂ ਪੁਰਾਣੀਆਂ ਜਿਹੜੀਆਂ ਗੱਲਾਂ ਸੀ ਉਹਦੇ ਨਾਲ ਹੀ ਖੜਦੇ ਰਹੇ ਜਾਂ ਇਹ ਕਹੀਏ ਵੀ ਕਿਸਾਨ ਜਥੇਬੰਦੀਆਂ ਜਾਂ ਫਲਾਨੇ ਬੰਦਿਆਂ ਨੂੰ ਆਪਾਂ ਅੱਗੇ ਲਾ ਲੈਂਦੇ ਹਾਂ ਕਿਸੇ ਨੂੰ ਵੀ ਲਾ ਲਓ ਅੱਗੇ ਕੋਈ ਗੱਲ ਨਹੀਂ ਸੰਗਤ 'ਚ ਬਹਿ ਕੇ ਫੈਸਲੇ ਕਰੋ ਕਮਰਿਆਂ 'ਚ ਬਹਿ ਕੇ ਫੈਸਲੇ ਨਹੀਂ ਹੋਣਗੇ ਡਰਾਇੰਗ ਰੂਮਾਂ 'ਚ ਬਹਿ ਕੇ ਫੈਸਲੇ ਨਹੀਂ ਹੋਣਗੇ ਸੰਗਤ 'ਚ ਬਹਿ ਕੇ ਫੈਸਲੇ ਕਰੋ ਜਿਹਨੂੰ ਮਰਜ਼ੀ ਅੱਗੇ ਲਾ ਲਓ ਸੋ ਮੈਂ ਕਿਉਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਇੱਕ ਅਸੀਂ ਅੰਦੋਲਨ ਖੜਾ ਕੀਤਾ ਪੰਜਾਬ ਦੀ ਧਰਤੀ ਤੋਂ ਇਤਿਹਾਸ ਲਿਖਿਆ ਜਾਊਗਾ ਮੈਂ ਇਹਦੀ ਤੁਹਾਨੂੰ ਹੱਥ ਜੋੜ ਕੇ ਅਰਦਾਸ ਕਰਦਾ ਇਹਨੂੰ ਗਵਾ ਨਾ ਲਈਏ ਇੱਕਜੁੱਟ ਹੋ ਕੇ ਹਰ ਜਥੇਬੰਦੀ ਦੇ ਨਾਲ ਹਰ ਉਸ ਬੰਦੇ ਦੇ ਨਾਲ ਜਿਹਦੇ ਕੋਲ ਲੋਕਾਂ ਦਾ ਦਰਦ ਆ ਜਿਹੜਾ ਇਹ ਕਹਿੰਦਾ ਵੀ ਅਸੀਂ ਸੰਗਤ 'ਚ ਬਹਿ ਕੇ ਫੈਸਲੇ ਲਵਾਂਗੇ ਸੰਗਤ ਫੈਸਲੇ ਲਊਗੀ ਸੰਗਤ ਮਤੇ ਪਕਾਊਗੀ ਉਹ ਬੰਦੇ ਅੱਗੇ ਆਉਣ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਖੜਾ ਜੇ ਕਿਤੇ ਹਿੱਲ ਗਿਆ ਜੇ ਕਿਤੇ ਗਦਾਰੀ ਕਰ ਗਿਆ ਤੁਸੀਂ ਪੰਜਾਬ ਨਿਕਾਲਾ ਦੇ ਦਿਓ ਮੈਂ ਜਜ਼ਬਾਤੀ ਬੰਦਾ ਕਈ ਵਾਰੀ ਜਜ਼ਬਾਤਾਂ 'ਚ ਆ ਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਜਾਂਦਾ ਪਰ ਸ਼ੰਕੇ ਨਾ ਪੈਦਾ ਕੀਤੇ ਜਾਣ ਲੱਤਾਂ ਨਾ ਖਿੱਚੀਆਂ ਜਾਣ ਇਹ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਦੋ ਤਿੰਨ ਗੱਲਾਂ ਬੜੀਆਂ ਜ਼ਰੂਰੀ ਆ ਲੜਕੀ ਦੇ ਨਾਲ ਰਹੇ ਹਾਂ ਅਤੇ ਅਸੀਂ ਕੌਣ ਹਾਂ ਅਤੇ ਲੜਾਈ ਕਿਵੇਂ ਲੜੀ ਜਾਊਗੀ ਲੜਾਈ ਪਹਿਲਾਂ ਲੜੀ ਜਾਊਗੀ ਫਿਰ ਜਿੱਤੀ ਜਾਊਗੀ ਪਹਿਲਾਂ ਬਿਆਉਂ ਸਟ੍ਰੈਟਜੀ ਬਣਾਈ ਜਾਊਗੀ ਫਿਰ ਜਿੱਤੀ ਜਾਊਗੀ ਸੋ ਯਾਦ ਰੱਖਿਓ ਜਿਹੜੀ ਮੈਂ ਗੱਲ ਕਰਨੀ ਸੀ ਸਿੰਗਲ ਜਾਂ ਇੰਡੀਵਿਜੂਅਲਸ ਨੂੰ ਟਾਰਗੇਟ ਕਰਨਗੇ ਇਹ ਮੇਰੇ ਕੋਲ ਜੇ ਫੋਨ ਆਇਆ ਤਾਂ ਹੋਰਨਾਂ ਨੂੰ ਵੀ ਆਏ ਹੋਣਗੇ ਹੋਰ ਵੀ ਕਿਤੇ ਅਪਰੋਚ ਹੋਏ ਹੋਣਗੇ ਇਸ ਵੇਲੇ ਰਾਜਨੀਤੀ ਇੱਥੇ ਖੜ ਗਈ ਆ ਰਾਜਨੀਤੀ ਚੇਤਨਾ ਵੀ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਉਹਨਾਂ ਦੇ ਪੱਲੇ ਕੁਛ ਨਹੀਂ ਆ ਉਹਨਾਂ ਨੇ ਸਾਨੂੰ ਕੁਛ ਨਹੀਂ ਦਿੱਤਾ ਲੋਕ ਤੋਂ ਚੁੱਪ ਅੱਕ ਚੁੱਕੇ ਆ ਹੁਣ ਸੈਂਟਰ ਕੀ ਸਮਝ ਰਿਹਾ ਸੈਂਟਰ ਇਹ ਸਮਝ ਰਿਹਾ ਵੀ ਇਹਨੂੰ ਕੰਟਰੋਲ ਕਿਵੇਂ ਕਰੀਏ ਸਾਡੇ 'ਤੇ ਐਮਰਜੈਂਸੀ ਵੀ ਇਨਵੋਕ ਕਰ ਸਕਦੇ ਆ ਪੰਜਾਬ 'ਚ ਐਮਰਜੈਂਸੀ ਵੀ ਲਾ ਸਕਦੇ ਆ ਜਿਵੇਂ ਕਸ਼ਮੀਰ 'ਚ ਲਾਈ ਸੀ ਸੋ ਪੋਲੀਟੀਕਲੀ ਵੀ ਸਾਨੂੰ ਅਵੇਅਰ ਰਹਿਣਾ ਪਊਗਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਸਾਰੀਆਂ ਆਊਟਕਮਸ ਨੂੰ ਸੋਚਣਾ ਪਊਗਾ ਵੀ ਕੀ ਕੀਤਾ ਜਾ ਸਕਦਾ ਅਸੀਂ ਲਾਮਬੰਦ ਕਿਵੇਂ ਕਰਨਾ ਅੰਦੋਲਨ ਨੂੰ ਗਾਂਹ ਇਸ ਸੰਘਰਸ਼ ਨੂੰ ਇਸ ਜੰਗ ਨੂੰ ਗਾਂਹ ਕਿਵੇਂ ਵਧਾਉਣਾ ਕਿਉਂਕਿ ਇਹ ਜਿਹੜੀ ਸੰਘਰਸ਼ ਦੀ ਆਊਟਕਮ ਹੋਊਗੀ ਜੇ ਕਿਤੇ ਹਿੱਲ ਗਏ ਮਿੱਤਰੋ ਤਾਂ ਐਡੀ ਜ਼ਿਆਦਾ ਹੌਮੇ ਵੱਧ ਜੂਗੀ ਸਾਡੀ ਹੁਕਮਰਾਨ ਧਿਰ ਦੀ ਮੁੜ ਕੇ ਉਹਨਾਂ ਨੇ ਲੋਟ ਨਹੀਂ ਆਉਣਾ ਅਤੇ ਜੇ ਅਸੀਂ ਕੁਛ ਲੈ ਡਿੱਗੇ ਖਿੱਤੇ ਦੀ ਜਿਹੜੀ ਇੱਕ ਇਸ ਖਿੱਤੇ ਦੀ ਇਸ ਖੇਤਰ ਦੀ ਇਸ ਦੇਸ਼ ਦੀ ਜਿਹੜੀ ਜੀਓ ਪੋਲੀਟਿਕਸ ਆ ਉਹਦੇ 'ਤੇ ਇਫੈਕਟ ਪਊਗਾ ਸੋ ਬਹੁਤ ਵੱਡੀ ਸਾਡੇ 'ਤੇ ਜ਼ਿੰਮੇਦਾਰੀ ਆ ਬਹੁਤ ਵੱਡਾ ਸੰਘਰਸ਼ ਆ ਇਹਨੂੰ ਸਮਝ ਕੇ ਅਤੇ ਲਾਮਬੰਦ ਹੋ ਕੇ ਅਤੇ ਇੱਕ ਆ ਅਤੇ ਬਿਨਾਂ ਕਿਸੇ ਤੋਂ ਸ਼ੱਕਾਂ ਦੇ ਘੇਰਿਆਂ 'ਚ ਆਏ ਹੋਏ ਮੈਂ ਤਾਂ ਸਹੀ ਦੱਸੀ ਇਹਨਾਂ ਤੁਹਾਨੂੰ ਲੈ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਰੋਕ ਕੇ ਇਕੱਲਾ ਬੰਦਾ ਇਹ ਕਹਿੰਦਾ
ਕਿਤੇ ਹੁਣ ਨਾ ਹਿੱਲ ਜੀ, ਹੁਣ ਨਾ ਹਿੱਲ ਜੀ, ਮੁੜ ਕੇ ਨਹੀਂ ਅਸੀਂ ਵਿਸ਼ਵਾਸ ਕਰਨਾ, ਮੁੜ ਕੇ ਨਹੀਂ ਅਸੀਂ ਵਿਸ਼ਵਾਸ ਕਰਨਾ। ਸੋ ਬਾਈ ਜੀ ਕਿੱਡੀ ਵੱਡੀ ਤੁਸੀਂ ਜ਼ਿੰਮੇਵਾਰੀ ਸੌਂਪੀ ਜਾਂਦੇ ਹੋ, ਗੱਲ ਇਹ ਨਹੀਂ ਆ ਵੀ ਮੇਰੇ 'ਤੇ ਜ਼ਿੰਮੇਵਾਰੀ ਆ, ਮੈਂ ਵੀ ਜਜ਼ਬਾਤੀ ਹਾਂ, ਮੈਨੂੰ ਐਂ ਲੱਗਦਾ ਯਾਰ ਲੈ ਵੀ ਮਿੱਤਰਾ ਮੈਨੂੰ ਜੇ ਕਿਸੇ ਨੇ ਅਪਰੋਚ ਕੀਤਾ ਆ ਪਈ ਆ ਗੱਲ ਲੋਕਾਂ ਦੇ ਸਾਹਮਣੇ। ਸੋ ਇਹਨਾਂ ਗੱਲਾਂ 'ਚ ਕੁਛ ਨਹੀਂ ਰੱਖਿਆ ਵੀ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਈਏ, ਸਾਨੂੰ ਇਸ ਟਾਈਮ ਮੇਰੇ ਨਾਲ ਖੜ ਜਾਓ, ਤੁਹਾਡੇ ਮੂਹਰੇ ਰਹੂੰਗਾ, ਮੈਂ ਕਿਹੜਾ ਇਲੈਕਸ਼ਨ ਲੜਨੀ ਆ, ਜਿਹੜੀ ਮਰਜ਼ੀ ਡਾਂਗ ਆ ਜਾਏ, ਜਿਹੜੀ ਮਰਜ਼ੀ ਗੋਲੀ ਆ ਜਾਏ, ਮੂਹਰੇ ਰਹਾਂਗੇ। ਸਾਡੇ ਸਾਰੇ ਜਿਹੜੇ ਬੰਦੇ ਆ ਐਨ ਜਮਾਂ ਜਿਵੇਂ ਕਹਿੰਦੇ ਹੁੰਦੇ ਆ ਯਾਰੀ ਜੱਟ ਦੀ ਤੂਤ ਦਾ ਮੋਸ਼ਾ, ਉਹ ਜਮਾਂ ਤੂਤ ਦੇ ਮੋਸ਼ੇ ਅਰਗੀਆਂ ਜਾ ਰਹੀਆਂ ਪੰਜਾਬ ਨਾਲ ਸਾਰਿਆਂ ਦੀਆਂ। ਸੋ ਇਸ ਕਰਕੇ ਮੇਰਾ ਇੱਕ ਵਾਰੀ ਫਿਰ ਤੁਹਾਨੂੰ ਅਰਦਾਸ ਆ ਅਤੇ ਸਾਰਿਆਂ ਨੇ ਇਕੱਠੇ ਰਹਿਣਾ, ਲੱਤਾਂ ਨਹੀਂ ਖਿੱਚਣੀਆਂ। ਸਾਡੇ 'ਚ ਬਹੁਤ ਇਹ ਜਿਹੜੀ ਟਰੋਲ ਆਰਮੀ ਹੈ ਇਹਨਾਂ ਦੀ, ਉਹ ਗੱਲਾਂ ਵਾੜੂਗੀ, ਸਾਡੇ ਸ਼ੱਕਾਂ ਦੇ ਘੇਰਿਆਂ 'ਚ ਸਾਨੂੰ ਲਿਜਾਊਗੀ। ਪਰ ਤੁਸੀਂ ਜਦੋਂ ਮਰਜ਼ੀ ਜਿਹੜਾ ਮਰਜ਼ੀ ਸਵਾਲ ਪੁੱਛ ਸਕਦੇ ਹੋ, ਜਿਹੜਾ ਮਰਜ਼ੀ ਜਵਾਬ ਮੰਗ ਸਕਦੇ ਹੋ, ਮੈਂ ਜਵਾਬ ਦੇ ਹਾਂ। ਜਿਹੜਾ ਮਰਜ਼ੀ ਸਾਡਾ ਬੰਦਾ ਇਸ ਸੰਘਰਸ਼ 'ਚ ਲੜ ਰਿਹਾ ਉਹ ਜਵਾਬ ਦੇ ਆ। ਤੁਹਾਡਾ ਜਜ਼ਬਾ ਉਹਨੂੰ ਮੈਂ ਸਿਜਦਾ ਕਰਦਾ, ਇਹਨੂੰ ਬਣਾਈ ਰੱਖਿਓ, ਜਜ਼ਬੇ ਨੂੰ ਅੰਦਰ ਪਾਲੀ ਰੱਖਿਓ। ਬਹੁਤ ਜਲਦੀ ਅਗਲੀ ਜਿਹੜੀ ਅਨਾਊਂਸਮੈਂਟ ਆ ਕਿੱਥੇ ਅੰਦੋਲਨ ਲੜਨਾ ਉਹ ਦੇਵਾਂਗੇ। ਮੋਸਟਲੀ ਸ਼ੰਭੂ ਹੀ ਹੋਊਗਾ, ਪਰ ਫਿਰ ਵੀ ਇੱਕ ਵਾਰੀ ਜਿਵੇਂ ਮੈਂ ਕਿਹਾ ਇਹ ਵੀ ਸੰਗਤ ਹੀ ਫੈਸਲਾ ਲਊਗੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ, ਸਤਿ ਸ਼੍ਰੀ ਅਕਾਲ।